ਦੇਵੀ ਮਖਸੂਸਪੁਰੀ ਪੰਜਾਬੀ ਗਾਇਕੀ ਦਾ ਉਹ ਨਾਮ ਜਿਨ੍ਹਾਂ ਨੇ ਆਪਣੀ ਸ਼ਾਇਰੀ ਨਾਲ ਕਰੋੜਾਂ ਹੀ ਲੋਕਾਂ ਦੇ ਦਿਲਾਂ ਵਿੱਚ ਖਾਸ ਸਥਾਨ ਬਣਾਇਆ। ਅੱਜ ਹਰ ਕੋਈ ਸਿਤਾਰਾ ਦੇਵੀ ਮਖਸੂਸਪੁਰੀ ਦਾ ਨਾਮ ਬੜੇ ਹੀ ਸਤਿਕਾਰ ਨਾਲ ਲੈਂਦਾ ਹੈ। ਉਹਨਾਂ ਦੀ ਸ਼ਾਇਰੀ ਅਤੇ ਗਾਇਕੀ ਦਾ ਹਰ ਕੋਈ ਕਾਇਲ ਹੈ। ਦੇਵੀ ਮਖਸੂਸਪੁਰੀ ਦੀ ਸ਼ਾਇਰੀ ਸੁਣਨ ਲਈ ਹਰ ਕੋਈ ਉਤਾਵਲਾ ਰਹਿੰਦਾ। ਦੇਵੀ ਮਖਸੂਸਪੁਰੀ ਪੰਜਾਬ ਦੇ ਬਿਹਤਰੀਨ ਸ਼ਾਇਰ ਅਤੇ ਗਾਇਕਾਂ ਵਿੱਚ ਮੂਰਲੀ ਕਤਾਰ ਵਿੱਚ ਆਉਂਦੇ ਨੇ। ਦੇਵੀ ਬਹੁਤ ਜਲਦ ਆਪਣੇ ਨਵੇਂ ਗੀਤ ਰਿਪੀਟ ਦੇ ਨਾਲ ਆਪਣੇ ਸਰੋਤਿਆਂ ਨੂੰ ਤੋਹਫਾ ਦੇਣ ਵਾਲੇ ਨੇ। ਉਹਨਾਂ ਆਪਣੇ ਇਸ ਗੀਤ ਦਾ ਪੋਸਟਰ ਰਿਲੀਜ਼ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਬਾਰੇ ਕਾਨਫਰੰਸ ਸਹੋਤਾ ਲਾਈਵ ਗ੍ਰਿਲ ਸਰੀ ਵਿੱਚ ਰੱਖੀ ਗਈ ਸੀ। ਦੇਵੀ ਦੇ ਨਵੇਂ ਗੀਤ ਦੇ ਬੋਲ ਦੇਵੀ ਦੇ ਹੀ ਹਨ ਅਤੇ ਇਸ ਗੀਤ ਨੂੰ ਕਿਊ ਮਿਊਜ਼ਿਕ ਅਤੇ ਤਾਰਾ ਚਿੱਟੀ ਪੇਸ਼ ਕਰ ਰਹੇ ਹਨ ਅਤੇ ਡੀਜੇ ਰੈਕਸ ਨੇ ਸੰਗੀਤ ਤਿਆਰ ਕੀਤਾ। ਇਸ ਪੋਸਟਰ ਰਿਲੀਜ਼ ਮੌਕੇ ਮੀਡੀਆ ਪਰਸਨੈਲਿਟੀਜ਼ ਅਤੇ ਹੋਰ ਕਈ ਜਾਣੀਆਂ ਮਾਨੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਜੀ, ਇਹ ਗਾਣਾ ਥੋੜ੍ਹਾ ਬੀਟ ਰੋਮੈਂਟਿਕ ਸਟਾਈਲ ਹੈ ਅਤੇ ਤਾਰਾ ਚਿੱਟੀ ਸਾਡੇ ਸਾਰਿਆਂ ਦੇ ਬਹੁਤ ਪਿਆਰੇ ਮਿੱਤਰ ਹੈ। ਇਹਨਾਂ ਨੇ ਕੰਪਨੀ ਲਾਂਚ ਕੀਤੀ ਕਿਊ ਮਿਊਜ਼ਿਕ ਅਤੇ ਇਹ 'ਚ ਪਹਿਲਾਂ ਇੱਕ ਗਾਣਾ ਜੱਸੀ ਵੀਰ ਦਾ ਰਿਲੀਜ਼ ਕੀਤਾ ਸੀਗਾ ਅਤੇ ਸੈਕਿੰਡ ਗਾਣਾ ਇਹ ਆ ਅਤੇ ਸਾਨੂੰ ਬੜਾ ਉਤਸ਼ਾਹ ਹੈ ਔਰ ਪਿਆਰ ਹੈ ਇਸ ਵੀਰ ਨਾਲ ਸਾਰਾ, ਕਿਉਂਕਿ ਇਹ ਆਰਟਿਸਟਾਂ ਨਾਲ ਹਮੇਸ਼ਾ ਹੀ ਖੜ੍ਹਦੇ ਆ ਤਾਰਾ ਭਾਜੀ। ਅਤੇ ਉਹ ਗਾਣਾ ਸੋਚਦੇ ਵਿੱਚ ਥੋੜ੍ਹਾ ਜਿਹਾ ਵੀ ਯੂਥ ਨੂੰ ਮੁੱਖ ਰੱਖ ਕੇ ਵੀ ਥੋੜ੍ਹਾ ਬੀਟ ਸਟਾਈਲ ਥੋੜ੍ਹਾ ਰੋਮੈਂਟਿਕ, ਤਾਂ ਉਹ ਗਾਣਾ ਫਿਰ ਇਹਨਾਂ ਨੇ ਕੀਤਾ ਅਤੇ ਜਿਹੜਾ ਹੁਣ ਦੋ ਨੂੰ ਰਿਲੀਜ਼ ਹੋਣ ਜਾ ਰਿਹਾ ਅਤੇ ਉਹਦੇ ਵਾਸਤੇ ਸਾਰੇ ਵੀਰ ਆਏ, ਸਾਰਾ ਮੀਡੀਆ ਤੁਸੀਂ ਆਏ, ਸਾਰਾ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਅੱਜ ਕੱਲ੍ਹ ਬਹੁਤ ਸਾਰੇ ਨਵੇਂ ਆਰਟਿਸਟ ਉੱਠਦੇ ਆ, ਬੱਚੇ ਆਉਂਦੇ ਆ, ਗਾਇਕੀ ਦੇ ਵਿੱਚ ਆਉਂਦੇ ਆ, ਬੱਚੇ ਆਪਣਾ ਨਾਮ ਵੀ ਬਣਾਉਂਦੇ ਆ, ਗਾਇਕੀ ਵੀ ਪਹਿਲਾਂ ਨਾਲੋਂ ਚੇਂਜ ਹੋ ਚੁੱਕੀ ਆ। ਸੋ ਜੇ ਅਸੀਂ ਗੱਲ ਕਰੀਏ ਸਥਾਪਿਤ ਇੱਕ ਆਰਟਿਸਟ ਦੀ, ਸੋ ਤੁਹਾਡੇ ਵਰਗੇ ਜਿਹੜੇ ਆਰਟਿਸਟ ਆ ਜਿਨ੍ਹਾਂ ਨੇ ਗਾਇਕੀ ਨੂੰ ਇੱਕ ਉਹ ਸੰਬਰ ਤੱਕ ਲੈ ਗਏ, ਇੰਨੀ ਵਧੀਆ ਗਾਇਕੀ ਆ, ਪਰ ਹੁਣ ਬੱਚੇ ਬਹੁਤ ਮਿਹਨਤ ਵੀ ਕਰ ਰਹੇ ਆ, ਸੋ ਤੁਹਾਡੇ ਵੱਲੋਂ ਕੀ ਮੈਸੇਜ ਹੋਊਗਾ ਜਿਹੜੇ ਨਵੇਂ ਆਰਟਿਸਟ ਆ ਜਿਹੜੇ ਹੁਣ ਸਟਰਗਲ ਕਰ ਰਹੇ ਆ ਜਾਂ ਜਿਹੜੇ ਆਰਟਿਸਟ ਬਣਨਾ ਚਾਹੁੰਦੇ ਆ? ਨਹੀਂ ਭਾਅ ਜੀ, ਜਿਹੜੀ ਤੁਸੀਂ ਇਹ ਸਵਾਲ ਦੇ ਵਿੱਚ ਤੁਸੀਂ ਇੱਕ ਬਹੁਤ ਵਧੀਆ ਗੱਲ ਕਹਿਤੀ, ਤੁਸੀਂ ਮਿਹਨਤ ਕਰ ਰਹੇ ਆ। ਆਈ ਥਿੰਕ ਸਿਆਣੇ ਕਹਿੰਦੇ ਵੀ ਜਿਹੜਾ ਮਿਹਨਤ ਆ ਇਹਦੇ ਇਲਾਵਾ ਇਹਦਾ ਕੋਈ ਹੋਰ ਸ਼ਾਰਟਕੱਟ ਨਹੀਂ ਹੁੰਦਾ, ਅਤੇ ਪੂਰਾ ਇੱਕ ਸਿੰਸੀਅਰ ਹੋ ਕੇ ਅਤੇ ਜਿਹੜੇ ਤੁਸੀਂ ਖੇਤਰ 'ਚ ਆਉਣਾ ਚਾਹੁੰਦੇ ਹੋ ਉਹਦੀ ਪੂਰੀ ਜਾਣਕਾਰੀ ਹਾਸਲ ਕਰਕੇ ਉੱਥੇ ਪੂਰੀ ਮਿਹਨਤ ਕਰਕੇ ਪੂਰੇ ਪੈਸ਼ਨ ਦੇ ਨਾਲ ਜਦੋਂ ਇਨਸਾਨ ਆਉਂਦਾ ਅਤੇ ਕਿਤੇ ਨਾ ਕਿਤੇ ਫਿਰ ਮਾਲਕ ਜ਼ਰੂਰ ਸੁਣਦਾ, ਹੈ ਨਾ ਜੀ। ਅਸੀਂ ਇਹੀ ਆਪਣੇ ਸੀਨੀਅਰਸ ਤੋਂ ਇਹ ਸਿੱਖਿਆ ਸਮਝਿਆ ਸੁਣਿਆ, ਉਸਤਾਦ ਲੋਕਾਂ ਦੇ, ਗੁਰੂ ਜਨਾਂ ਦੇ, ਗੁਣੀ ਲੋਕਾਂ ਦੇ, ਇਹ ਗੱਲਾਂ ਕਿ ਵੀ ਜਿੰਨੀ ਤੁਸੀਂ ਮਿਹਨਤ ਕਰ ਲਓ ਉਨੀ ਥੋੜ੍ਹੀ ਆ। ਅਤੇ ਵਾਕਿਆ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਯੰਗਸਟਰ ਬੱਚੇ ਜਿਹੜੇ ਬਹੁਤ ਮਿਹਨਤ ਨਾਲ ਪੋਇਟਰੀ ਵੀ ਬਹੁਤ ਅੱਛੀ ਲੈ ਕੇ ਆ ਰਹੇ, ਅਲੱਗ ਅਲੱਗ ਸਬਜੈਕਟ ਲਿਖ ਰਹੇ ਆ, ਅਲੱਗ ਅਲੱਗ ਕੰਪੋਜੀਸ਼ਨ ਹਨ, ਅਤੇ ਉਹ ਮਤਲਬ ਬਹੁਤ ਚੰਗੀ ਗੱਲ ਹੈ, ਬਹੁਤ ਚੰਗਾ ਲੱਗਦਾ। ਅਤੇ ਬਾਕੀ ਉਹ ਤੁਹਾਡੀ ਗੱਲ ਤੁਸੀਂ ਆਪੇ ਕਹਿੰਦੇ ਕਿ ਮਿਹਨਤ ਹੈ ਜਿਹੜੀ ਬੇਕਾਰ ਨਹੀਂ ਜਾਂਦੀ, ਜਿਹੜਾ ਮਿਹਨਤ ਕਰਕੇ ਇਨਸਾਨ ਅੱਗੇ ਆਊਗਾ, ਮਤਲਬ ਫੀਲਡ ਵਿੱਚ ਆਏਗਾ, ਉਹ ਜ਼ਰੂਰ ਕਿਤੇ ਨਾ ਕਿਤੇ ਜ਼ਰੂਰ ਪਹੁੰਚੇਗਾ, ਆਪਣੀ ਮੰਜ਼ਿਲ 'ਤੇ ਪਹੁੰਚੇਗਾ। ਜੇ ਮੈਂ ਚਾਹਾਂ ਕਿ ਤੁਸੀਂ ਦੋ ਬੋਲ ਸੁਣਾ ਸਕਦੇ ਹੋ ਰਿਪੀਟ ਦੇ, ਕਿਉਂਕਿ ਅਗਸਤ 2 ਨੂੰ ਆ ਰਿਹਾ ਹੈਗਾ ਅਤੇ 2 ਕੀ ਦਿਨ ਆ, ਅਤੇ ਅਸੀਂ ਜੇ ਚਾਹੀਏ ਤਾਂ ਸਾਡੇ ਪਰਿਵਾਰਾਂ ਨੂੰ 2 ਬੋਲ ਸੁਣਾ ਸਕਦੇ ਹਾਂ? ਬਿਲਕੁਲ, ਮੈਂ ਤਾਂ ਮੁੱਖ 2 ਬੋਲ ਸੁਣਾਉਂਦਾ, ਕਿਉਂਕਿ ਉਹ ਯੰਗਸਟਰਾਂ ਨੂੰ ਮੁੱਖ ਰੱਖ ਕੇ ਗਾਣਾ ਕੀਤਾ, ਬੀਟ ਰੋਮੈਂਟਿਕ ਆ। ਇਹ ਬੋਲ ਆ ਗਿਆ, ਨੀ ਤੈਨੂੰ ਖਬਰ ਨਾ ਹੋਵੇ ਮੈਥੋਂ ਸਬਰ ਨਾ ਹੋਵੇ, ਤੈਨੂੰ ਖਬਰ ਨਾ ਹੋਵੇ ਮੈਥੋਂ ਸਬਰ ਨਾ ਹੋਵੇ, ਟੌਰ ਕੱਢ ਕੇ ਤਾਂ ਆਏ ਸ਼ੀਸ਼ ਸਾਹਮਣੇ, ਨੀ ਤੈਨੂੰ ਪਤਾ ਲੱਗੇ ਮੈਨੂੰ ਕਿਨ ਠੱਗਿਆ, ਮੇਰੇ ਦਿਲ ਦੀ ਆਵਾਜ਼ ਵੇਖੀ ਸੁਣ ਕੇ ਨਾਮ ਤੇਰਾ ਹੀ ਰਿਪੀਟ ਉੱਤੇ ਲੱਗਿਆ, ਮੇਰੇ ਦਿਲ ਦੀ ਆਵਾਜ਼ ਵੇਖੀ ਸੁਣ ਕੇ ਨਾਮ ਤੇਰਾ ਹੀ ਰਿਪੀਟ ਉੱਤੇ ਲੱਗਿਆ, ਰਿਪੀਟ ਉੱਤੇ ਲੱਗਿਆ, ਰਿਪੀਟ ਉੱਤੇ ਲੱਗਿਆ, ਰਿਪੀਟ। ਸੋ ਮੇਰੇ ਨਾਲ ਇਸ ਵਕਤ ਕਿਊ ਮਿਊਜ਼ਿਕ ਜਿਨ੍ਹਾਂ ਦੀ ਕੰਪਨੀ ਆ ਤਾਰਾ ਚਿੱਟੀ ਹੋਣੀ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਤਾਰਾ ਚਿੱਟੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਨਾਲੇ ਸਾਂਝਾ ਟੀਵੀ ਅਤੇ ਸਾਰੀ ਟੀਮ ਨੂੰ ਬਹੁਤ ਬਹੁਤ ਥੈਂਕ ਯੂ ਮੈਂ ਕਰਦਾ, ਜਿਹੜੇ ਇੱਥੇ ਆਏ ਟਾਈਮ ਕੱਢ ਕੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਤੁਹਾਡੀ ਜਿਹੜੀ ਅੱਜ ਕੰਪਨੀ ਤੁਸੀਂ ਲਾਂਚ ਕੀਤੀ ਆ ਕਿਊ ਮਿਊਜ਼ਿਕ, ਅਤੇ ਨਾਲ ਹੀ ਤੁਸੀਂ ਦੇਵੀ ਮਖਸੂਸਪੁਰੀ ਹੁਣਾਂ ਦਾ ਰਿਪੀਟ ਗੀਤ, ਜਿਹੜਾ ਪਹਿਲਾਂ ਜੱਸੀ ਹੁਣਾਂ ਦਾ ਤੁਸੀਂ ਗੀਤ ਕੀਤਾ ਸੀ, ਹੁਣ ਦੇਵੀ ਮਖਸੂਸਪੁਰੀ ਹੁਣਾਂ ਦਾ, ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਕਿੰਨੇ ਕੁ ਹੋਰ ਪ੍ਰੋਜੈਕਟ ਆ ਜਿਹੜੇ ਤੁਹਾਡੇ ਤੁਸੀਂ ਲਾਂਚ ਕਰ ਰਹੇ ਹੈਗੇ? ਹਾਂਜੀ, ਕਾਫੀ ਮੇਰੇ ਕੋਲ ਸੌਂਗ, ਹੁਣ 5 ਸੌਂਗ ਹੋਰ ਪਏ ਮੇਰੇ ਕੋਲ, ਮੈਂ ਹੌਲੀ ਹੌਲੀ ਰਿਲੀਜ਼ ਕਰੀ ਜਾਊਂਗਾ। ਅਤੇ ਮੈਂ ਦੇਵੀ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ, ਥੈਂਕ ਯੂ ਕਰਦਾ, ਐਡੇ ਵੱਡੇ ਸਿੰਗਰ ਔਰ ਰਾਈਟਰ ਜਿਨ੍ਹਾਂ ਨੇ ਮੇਰੇ ਇੱਕ ਕਹਿਣ ਦੇ ਉੱਤੇ ਮੈਨੂੰ ਗੀਤ ਦਿੱਤਾ, ਅਤੇ ਅੱਜ ਜਿਹੜੀ ਮੈਂ ਕੰਪਨੀ ਲਾਂਚ ਕੀਤੀ ਕਿਊ ਮਿਊਜ਼ਿਕ, ਅਤੇ ਦੇਵੀ ਭਾਈ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ, ਬਾਕੀ ਜਿੰਨਾ ਮੀਡੀਆ ਸਾਰਾ ਸਰੀ ਦਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ। ਔਰ ਤੁਸੀਂ ਜਿਹੜੀ ਕਿਊ ਮਿਊਜ਼ਿਕ ਦੇ ਵਿੱਚ ਦੇਵੀ ਹੁਣਾਂ ਦਾ ਇਹ ਗੀਤ ਹੈ, ਇਹ ਕਿੰਨੀ ਤਰੀਕ ਨੂੰ ਆ ਰਿਹਾ ਹੈਗਾ, ਇਸ ਦੇ ਬਾਰੇ ਦੱਸੋ। ਇਹ 2 ਅਗਸਤ ਨੂੰ ਰਿਲੀਜ਼ ਕਰ ਰਹੇ ਫੁੱਲ ਸੌਂਗ, ਅੱਜ ਕੰਪਨੀ ਦੀ ਮੈਂ ਲਾਂਚਿੰਗ ਕਰ ਰਿਹਾ ਸੀ ਅਤੇ ਪੋਸਟਰ ਲਾਂਚ ਕਰ ਰਿਹਾ ਸੀਗਾ, ਅਤੇ 2 ਅਗਸਤ ਨੂੰ ਫੁੱਲ ਸੌਂਗ ਆਜੂਗਾ ਜੀ 12 ਵਜੇ ਕੈਨੇਡਾ ਟਾਈਮ ਨਾਲ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਗੀਤ ਦੇ ਲਈ ਵੀ, ਅਤੇ ਤੁਹਾਡੀ ਕੰਪਨੀ ਦੇ ਲਈ ਵੀ ਥੈਂਕ ਯੂ ਵੈਰੀ ਮੱਚ। ਥੈਂਕ ਯੂ, ਤੁਹਾਡਾ ਵੀ ਇੱਥੇ ਆਉਣ ਦਾ ਜੀ, ਥੈਂਕ ਯੂ ਜੀ।